वाहिगुरु जी का खालसा, वाहिगुरु जी की फतेह। लाओ जी, जेड़िया पिनिया बनाईया सी बीबी होनी छक रहे ने, हुण बट लिया सारिया। मिठा चेक कर लिए भूआ जी, गल तो सवेरे बीरा छड गया सीगा, लागे 3-4 घंटे नेड़े ही ने। इन्हां दा पिंड बारना लचकाणी दे नेड़े ही ने। ਭੂਆ ਜੀ ਦੇ ਨਵੇਂ ਘਰ ਦਾ ਆਪਾਂ ਹੋਮ ਟੂਰ ਕਰਦੇ ਹਾਂ। ਚੱਲਦੇ ਹਾਂ ਆਪਾਂ ਭੂਆ ਜੀ ਦੇ ਅੰਦਰ, ਕੰਮ ਚੱਲ ਰਿਹਾ ਹਲੇ ਤਾਂ, ਟਾਈਲਾਂ ਟੂਲਾਂ ਸਾਰਾ ਕੁਛ ਮੰਗਾ ਰੱਖਿਆ। ਆਹ ਭੂਆ ਜੀ ਦਾ ਰੇੜਾ ਖੜਾ, ਭੂਆ ਜੀ ਨੇ ਖੇਤ 'ਚ ਹੀ ਆਪਦੇ ਪਾਰਕ ਬਣਾ ਰੱਖਿਆ, ਸਰੋਂ ਖੇਤ 'ਚ ਬੀਜ ਰੱਖੀ ਆ, ਘਰ 'ਚ ਸੋਰੀ ਬਾਗ ਬਾਗ ਲਾਇਆ ਹੋਇਆ। ਪਹਿਲਾਂ ਬਾਗ ਦੇਖਣਾ, ਚਲੋ ਚਲੋ ਫਿਰ ਅੰਦਰ ਚੱਲਦੇ। ਭੂਆ ਜੀ ਕਹਿੰਦੇ ਪਹਿਲਾਂ ਅੰਦਰੋਂ ਦੇਖੋ ਫਿਰ ਬਾਗ ਦਿਖਾਉਂਦੇ ਹਾਂ ਬਾਹਰ। ਹਾਂਜੀ, ਕੰਪਲੀਟ ਨਹੀਂ ਹੋਈ, ਭੂਆ ਜੀ ਕਹਿੰਦੇ ਕੰਮ ਚੱਲ ਰਿਹਾ। ਪਹਿਲਾਂ ਹੀ ਇਹ ਇੱਧਰ ਆ ਗਏ, ਕਹਿੰਦੇ ਚੱਲ ਵਿੱਚ ਰਹਿ ਕੇ ਨਾਲ ਨਾਲ ਤਿਆਰ ਕਰਵਾਈ ਜਾਵਾਂਗੇ। ਲਓ ਜੀ, ਆਪਾਂ ਹੋ ਗਏ ਅੰਦਰ ਐਂਟਰ। ਕਾ ਬੈਡਰੂਮ ਹੋ ਗਿਆ ਭੂਆ ਜੀ ਦਾ, ਆਪਾਂ ਪਹਿਲਾਂ ਵੀ ਇਸ ਚੈਨਲ 'ਚ ਕਰਵਾਇਆ ਹੋਇਆ ਸੀ, ਜਾਣੀ ਹੁਣ ਪਹਿਲਾਂ ਨਾਲੋਂ ਥੋੜ੍ਹਾ ਜਿਹਾ ਹੋਰ ਕੰਮ ਹੋ ਗਿਆ ਹੈ ਨਾ। ਡਰੈਸਿੰਗ ਰੂਮ ਕਿੱਧਰ ਹੋ ਗਿਆ ਕਮਰਾ, ਹਲੇ ਤਾਂ ਇਹਨਾਂ ਨੇ ਇਹੀ ਸਮਾਨ ਰੱਖਿਆ ਇੱਕ ਕਮਰੇ ਚ, ਇੱਥੇ ਸਾਰੇ ਪੈ ਪੂ ਜਾਂਦੇ ਨੇ। ਅੱਛਾ, ਇੱਧਰ ਡਰੈਸਿੰਗ ਰੂਮ ਹੋ ਗਿਆ, ਇਹ ਤਾਂ ਬੰਦ ਹੀ ਹੈ ਭੂਆ ਜੀ, ਮੇਖਾਂ ਲਾਈਆਂ ਹੋਈਆਂ ਨੇ ਹਲੇ। ਅੱਛਾ, ਖੁੱਲੇ ਆਉਂਦਾ ਹੈ। ਅੱਛਾ, ਡਰੈਸਿੰਗ ਰੂਮ ਆ, ਸੋਫਾ ਇੱਥੇ ਵਾੜਿਆ ਹੋਇਆ ਹਲੇ। ਅੱਛਾ, ਇੱਥੇ ਸੋਫਾ ਵਾੜਤਾ ਇੱਥੇ ਭੂਆ ਜੀ ਨੇ। ਖਾਸਾ ਵੱਡਾ ਹੋ ਗਿਆ ਭੂਆ ਜੀ ਡਰੈਸਿੰਗ ਰੂਮ ਤਾਂ, ਤੁਹਾਡਾ ਖੁੱਲਾ ਡੁੱਲਾ ਹੈ ਨਾ। ਕੰਬੋਰਡ ਬਣ ਜਾਣਗੇ, ਉੱਪਰ ਚੈਨਲ ਲਾਏ ਹੋਏ ਨੇ ਹੁਣ, ਦੱਸੇ ਹੋਏ ਨੇ ਹੁਣ, ਬਸ ਪੀ ਓ ਪੀ ਕਰਨੀ ਆ ਉਹਨਾਂ ਨੇ। ਡਾਊਨ ਸੀਲਿੰਗ ਹਾਂਜੀ, ਸਾਰੇ ਹੋ ਗਈ ਡਾਊਨ ਸੀਲਿੰਗ, ਆ ਜਿਵੇਂ ਆਹ ਲੱਕੜੀ ਲੱਗੀ ਹੋਈ ਆ। ਹਾਂ, ਇਹ ਹੋ ਗਈ ਹੈ। ਹਾਂ, ਇਹ ਲੱਕੜ ਦਾ ਕੰਮ ਹੋ ਗਿਆ। ਇੱਥੇ ਉਹ ਪਰਦੇ ਲੱਗਣਗੇ ਜਿਹੜੇ ਉੱਪਰ ਇਕੱਠੇ ਹੁੰਦੇ ਨੇ ਜਿਵੇਂ ਫਿਲਮਾਂ ਚ। ਅੱਛਾ, ਫਿਲਮਾਂ ਵਾਲਿਆਂ ਵਾਂਗੂ ਕਰ ਲਿਆ। ਹਾਂ, ਉੱਕਣੇ ਪਰਦੇ ਸਾਰਾ, ਇਹ ਨਕਸ਼ਾ ਹੀ ਅੱਕਣ ਬਣਾਇਆ ਹੋਇਆ ਉਹਨੇ। ਅੱਛਾ, ਜਿਹੜਾ ਆ ਇੱਧਰ ਆ ਉੱਪਰ ਪਰਦੇ ਇਕੱਠੇ ਹੋ ਕਰਨਗੇ। ਉੱਪਰ ਹੋ ਗਿਆ ਲੱਗਣਾ, ਉਹ ਥੋੜੀ ਰਸੋਈ ਹੋ ਗਈ ਲੱਕੜੀ ਦਾ ਕੰਮ ਅੱਗੇ, ਜਿੱਥੇ ਤਾਰ ਬੰਨੀ ਹੋਈ ਆ ਭੂਆ ਜੀ ਨੇ ਅੰਦਰ ਹੀ ਬੰਨ ਕੇ। ਦੇਖੋ ਦੇਸੀ ਜਗਾੜ ਜੱਟਾਂ ਦਾ, ਦੇਖੋ ਦੇਸੀ ਜਗਾੜ ਜੱਟਾਂ ਦਾ। ਹੁਣ ਆ ਭੂਆ ਜੀ ਦੀ ਕਿਚਨ ਹੋ ਗਈ, ਹਲੇ ਤਿਆਰ ਕਰਾਉਣਗੇ, ਜਦੋਂ ਤਿਆਰ ਹੋ ਗਿਆ ਨਾ ਪੂਰਾ ਘਰ, ਫਿਰ ਆਪਾਂ ਫੇਰ ਹੋਮ ਟੂਰ ਕਰਾਵਾਂਗੇ ਇਸ ਘਰ ਦਾ। ਇਹ ਕਿਚਨ ਹੋ ਗਿਆ, ਇਹ ਆਪਣਾ ਡਾਇਨਿੰਗ ਟੇਬਲ, ਡਾਇਨਿੰਗ ਟੇਬਲ ਦਾ ਹੋ ਗਿਆ, ਇਹਦਾ ਇੱਥੇ ਹੋਇਆ ਦਾ। ਹੁਣ ਜਿਹੜੀ ਵੀ ਜਣੀ ਉਹਨਾਂ ਤੋਂ ਟੁੱਟ ਭੰਨ ਹੋਈ ਵੀ ਇਹਦੀ ਪੀਓਪੀ ਦੀ, ਇਹ ਹੁਣ ਉਹ ਕੰਪਲੀਟ ਕਰਨਗੇ। ਹੁਣ ਉਹ ਅਜੇ ਆਹ ਆਪਣਾ ਉਹ ਕਰ ਗਏ, ਹੁਣ ਆਉਣਗੇ ਇੱਕ ਅੱਧੇ ਦਿਨ ਚ ਆਉਂਦੇ ਵੀ ਉੱਪਰ ਬੜ ਦਾ ਉੱਪਰ ਹੋਇਆ ਤਰੀਕਾ। ਹਾਂਜੀ, ਉੱਪਰ ਤਾਂ ਆਪਾਂ ਹੁਣ ਜਾਂਦੇ ਨਹੀਂ ਹੈਗੇ, ਫੇਰ ਕਰਾਵਾਂਗੇ ਕਦੇ। ਉੱਪਰ ਵੀ ਭੂਆ ਜੀ ਨੇ ਉਨਾ ਹੀ ਬਣਾਇਆ ਹੋਇਆ ਜਿੰਨਾ ਨੀ ਥੱਲੇ ਆ। ਇੱਥੇ ਕਾਹਦੇ ਬਕਸੇ ਬਣਾਉਣੇ ਨੇ ਭੂਆ ਜੀ? ਇਹਨਾਂ ਦੇ ਵਿੱਚ ਲਾਈਟ ਲੱਗਣਗੀਆਂ, ਲਾਈਟਾਂ। ਅੱਛਾ, ਇਹ ਸਾਰੀਆਂ ਇਹ ਹੁਣ ਇਹਨਾਂ ਦੇ ਵਿੱਚ ਉਹ ਲੱਗੂਗੀ
ਟੀਕ ਪਲਾਈ ਲੱਗ ਕੇ ਨਾ ਇਹ ਸਾਰੇ ਲਾ ਕੇ ਫਿਰ ਇਹ ਡੱਬੇ ਬੰਦ ਹੋਣਗੇ, ਡੱਬਿਆਂ ਦੇ ਵਿੱਚ ਫਿਰ ਲਾਈਟਾਂ ਜਗਣਗੀਆਂ। ਅੱਛਾ, ਫਿਰ ਬਣਾਈ ਤੂੰ, ਫਿਰ ਦੇਖੀ। ਹਾਂ ਫਿਰ ਬਣਾਈ ਤੂੰ ਭੂਆ ਜੀ, ਕਹਿੰਦੇ ਮੇਰਾ ਘਰ ਦੀ ਵੀਡੀਓ ਫਿਰ ਦੇਖੀ ਤੂੰ। ਬਹੁਤ ਆ ਭੂਆ ਜੀ ਖੁਸ਼ ਆਪਦੇ ਨਵੇਂ ਘਰ ਚ, ਸਾਨੂੰ ਵੀ ਬਹੁਤ ਖੁਸ਼ੀ ਆ ਭੂਆ ਜੀ ਦੇ ਨਵੇਂ ਘਰ ਦੀ। ਇੱਕ ਝੂਮਰ ਇੱਥੇ ਲੱਗਣਾ। ਹਾਂ ਇੱਕ ਝੂਮਰ ਭੂਆ ਜੀ ਕਹੀ ਇੱਥੇ ਲੱਗੂਗਾ, ਪਰ ਜਿਹੜਾ ਆਪਾਂ ਨੇ ਪਾਠ ਪੂਜਾ ਵਾਸਤੇ ਕਮਰਾ ਬਣਾਇਆ ਉਹਦੇ ਇੱਕ ਉੱਥੇ ਲੱਗੂਗਾ। ਹਾਂ ਇੱਧਰ ਦੀ ਚੱਲੀਏ, ਪਿੱਛੇ ਆਪਾਂ ਹੁਣ ਉਹੀ ਬਾਗ ਹੀ ਦਿਖਾ ਦਿੰਦੇ ਹਾਂ, ਉੱਪਰੋਂ ਤਾਂ ਫੇਰ ਕਰਾਵਾਂਗੇ ਐਨ ਤਿਆਰ ਹੋਏ ਤੇ। ਹਾਂਜੀ ਲਓ ਜੀ, ਸੜਕ ਤੋਂ ਹੀ ਦਿਸ ਰਿਹਾ ਹੈ, ਭਾਲਸੋਂ ਰੋਡ ਦੇ ਉੱਪਰ ਹੀ ਹੈ ਭੂਆ ਜੀ ਦਾ ਘਰ। ਭੂਆ ਜੀ ਕਹਿੰਦੇ ਇੰਨਾ ਅੰਦਰ ਹੀ ਵਿਹੜਾ ਰੱਖ ਲਿਆ ਖੇਤ 'ਚ ਬਣਾਇਆ ਹੋਇਆ ਕਰਕੇ, ਅੰਦਰ ਹੀ ਬਰਸੀਨ ਵਗੈਰਾ ਬੀਜ ਰੱਖਿਆ, ਗੋਭੀ ਲਾ ਰੱਖੀ ਆ ਸਾਰੀਆਂ ਵੱਟਾਂ 'ਤੇ, ਮੂਲੀਆਂ ਵਗੈਰਾ ਹੈ ਨਾ, ਆਹ ਤਾਂ ਵੀ ਮੂਲੀਆਂ ਲੱਗੀਆਂ ਹੋਈਆਂ ਨੇ, ਉਹ ਸੀ ਮੂਲੀਆਂ ਨੇ ਵੱਟਾਂ 'ਤੇ ਤਾਂ। ਹਾਂ ਗੋਭੀ ਵੀ ਲਾਈ ਹੈ। ਅੱਛਾ ਹਾਂ, ਆਹ ਇੱਧਰ ਗੋਭੀ ਲਾ ਰੱਖੀ ਆ, ਹਾਂ ਬਤਾਊ ਬੀਜ ਰੱਖੇ ਨੇ, ਬਾਗ ਲਾ ਰੱਖਿਆ ਸਾਰੇ ਕਾਸੇ ਦਾ, ਫਰੂਟ ਵਗੈਰਾ ਸਾਰੇ ਲਾ ਰੱਖੇ ਨੇ ਵਿੱਚ। ਕਿੰਨੀ ਰੌਣਕ ਹੈ ਨਾ ਇੱਥੋਂ, ਸਾਰਾ ਕੁਛ ਲੰਘਦਾ ਕਰਦਾ। ਉੱਧਰ ਸਾਰੇ ਬੈਠੇ ਨੇ ਗੱਲਾਂ ਮਾਰ ਰਹੇ ਨੇ। ਦੇਸੀ ਸਰੋਂ ਦਾ ਸਾਗ, ਹਾਂ ਦੇਸੀ ਸਰੋਂ ਦਾ ਸਾਗ ਬੀਜ ਰੱਖਿਆ, ਇਹ ਬਹੁਤ ਸਵਾਦ ਬਣਦਾ ਦੇਸੀ ਸਰੋਂ ਦਾ। ਹਾਲੇ ਤਾਂ ਕੰਮ ਚੱਲ ਰਿਹਾ ਭੂਆ ਜੀ ਦਾ, ਬਣਾ ਰਹੇ ਨੇ ਲੱਕੜੀ ਦਾ ਕੰਮ ਚੱਲਦਾ, ਲੱਕੜ ਦਾ ਕੰਮ ਚੱਲ ਰਿਹਾ ਜੀ, ਲੱਕੜ ਦਾ ਕੰਮ ਕਰ ਰਹੇ ਨੇ। ਉੱਧਰ ਭੂਆ ਜੀ ਉਹਨਾਂ ਦੀਆਂ ਮੱਝਾਂ ਹੋ ਗਈਆਂ ਅੰਦਰ, ਬਾਬਾ ਜੀ ਬੈਠੇ ਨੇ, ਲੁਕੇ ਬੈਠੇ ਨੇ ਬਾਬਾ ਜੀ, ਠੰਡ ਆ। ਬਾਬਾ ਜੀ ਨੂੰ ਫਿਰ ਅੰਦਰ ਦਿਸਦਾ ਨੀ ਗਾ ਕੁਛ, ਰੌਣਕ ਮੇਲੇ ਚ ਬੈਠਦੇ ਨੇ। ਕੋਈ ਥੋੜਾ ਸਮਾਨ ਐਨ ਜਾਂਦੇ ਹੋਏ ਕੱਢਾਂਗੇ, ਮੈਂ ਤਾਂ ਇੰਨੇ ਕੁ ਨਾਲੇ ਬਸ ਤੁਰ ਕੇ ਦਰਦ ਹੋਣ ਲੱਗ ਗਿਆ। ਨਾਲੇ ਔਰਗੈਨਿਕ ਆ, ਬਿਨਾਂ ਰੇਹੂ ਵਾਲੀ ਬਣਾਈ ਆ ਦੇਸੀ ਰੇਹ ਪਾ ਕੇ। ਫੁੱਫੜ ਜੀ ਕਹਿੰਦੇ ਕੀ ਕਰਨੀ ਆ ਜੀਰੀ, ਹੁਣ ਆਪਾਂ ਚੱਲਦੇ ਹਾਂ ਘਰ ਨੂੰ। ਭੂਆ ਜੀ ਦੇ ਨਾਲ ਆਂਟੀ ਕੰਮ ਕਰਾਉਂਦੇ ਹੁੰਦੇ ਨੇ, ਕਹਿੰਦੇ ਰਹੋ ਬੀਬੀ ਹੋਣੀ ਘਰ ਦੇਖ ਰਹੇ ਨੇ, ਮੈਂ ਪਹਿਲਾਂ ਦੇਖ ਰਹੀ ਸਾਰਾ, ਹੁਣ ਬੀਬੀ ਹੋਣੀ ਦੇਖ ਰਹੇ ਨੇ। ਜਦੋਂ ਭੂਆ ਜੀ ਇੱਧਰ ਬਾਹਰਲੇ ਘਰ ਆਏ ਨੇ ਨਾ, ਅਸੀਂ ਹੁਣ ਉਦੋਂ ਤੋਂ ਬਾਅਦ ਪਹਿਲੀ ਵਾਰ ਆਏ ਹਾਂ ਉਰੇ, ਪਹਿਲਾਂ ਉੱਧਰ ਅੰਦਰਲੇ ਘਰ 'ਚ ਹੀ ਆਉਂਦੇ ਹੁੰਦੇ ਸੀ। ਲਓ ਜੀ ਹੁਣ ਆਪਾਂ ਇੱਥੇ ਚੱਲਦੇ ਹਾਂ, ਬਾਬਾ ਜੀ ਨੂੰ ਮਿਲ ਰਹੇ ਨੇ ਸਾਰੇ। ਚੰਗਾ ਬਾਬਾ ਜੀ, ਸਤਿ ਸ਼੍ਰੀ ਅਕਾਲ। ਚੰਗਾ ਸਤਿ ਸ਼੍ਰੀ ਅਕਾਲ ਫੁੱਟ ਜੀ, ਕਈ ਰੱਖ ਲੈ ਮੈਂ ਰੱਖ ਲੈਂਦੀ। ਚੰਗਾ ਬਾਬਾ ਜੀ, ਸਤਿ ਸ਼੍ਰੀ ਅਕਾਲ। ਚੰਗਾ 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 ਚੰਗਾ।